साख्यात होके ए जिसका कार्य तिन्ही ही किया मानस क्या विचारा राम। तेरे 550 साल प्रकाश दिवस 2019 दे विच जो आ रहा है उन्हें समर्पित करदे होया पिछले साल साध संगत ए आरंभता हो गई सी और 548वां समा प्रकाश का और 2 साल बाद 2019 दे विच 550 साल का वो प्रकाश समा साध संगत अपने जीवन काल दे विच गुरु की रहमत का सदका गुरु की कृपा का सदका साध संगत आपां नूं समा मिल रहा है। सो आओ मन चाओ पिया प्रभ आदू सुनिया हर मंगल गाओ सकी ग्रह मंदिर बने। साध संगति भगवान राम जी आए इस धरती दे उते संतां दे विच इन्ना चाओ प्यारियां च इन्ना चाओ संतां भगतां ऋषियां महापुरखां दे विच इन्ना पुचाओ सी जदों कहिंदे भगवान आए इस धरती दे उते ते सच जानो सूरज वंशी खानदान दे विच आए सन। कहिंदे भगवान दे दर्शन करके जिहड़ा सूरज है ना इन्ना मोहित हो गया जिसने रचना रची हुई है जो वो आ जाता है मन च चाओ कुछ होर हो जाता है। बोलो सतन कहते सूरज अपनी गति भुल गया। बोलो सतन एक महीने तक साध संगत अयोध्या की धरती ते इस धरती के उते साध संगत सूरज डूबिया ही नहीं वो चढ़िया ही रहा भुल गया कि मैं अगे भी जाना। बोलो सतगुरु भगवान कृष्ण जी के समय के उते ऐसा ही होया है और साध संगत जब जग गुरु नानक पातशाह का आगमन इस कलयुग दे विच होया है कभी 14 कलां दे विच आए कभी 16 कलां उहदी मर्जी है जिन्नी मर्जी है अनंत ही कला हैं। कोई भी गुरु पीर जो पूर्ण आता है उहदियां कला पूरियां ही होंदियां हैं पर साध संगत किन्नियां कु वरतियां हैं कभी 14 वरत लिया कभी 16 वरत लिया पर माद लोग दे विच उस अकाल ने एक आम इंसान का रूप धारण करके एक दो नहीं 14-16 नहीं अनंत कला हुए ठाकुर चढ़िया अनंत कला का मालिक आज दे दिन साध संगत तलवंडी दे विच प्रगट हो गया। और साध संगत
ਜਦੋਂ ਭਗਵਾਨ ਰਾਮ ਜੀ ਆਏ ਉਸ ਸਮੇਂ ਮਾਂ ਨੇ ਰਵਾ ਦਿੱਤਾ ਸੀ, ਕਹਿੰਦੇ ਜੇ ਤੁਸੀਂ ਰੋਏ ਨਾ ਤੇ ਦੁਨੀਆਂ ਦੇ ਲੋਕਾਂ ਨੇ ਸਮਝਣਾ ਨਹੀਂ। ਇੱਕ ਇਨਸਾਨ ਦਾ ਰੂਪ, ਬੱਚੇ ਦਾ ਰੂਪ ਧਾਰਨ ਕਰਕੇ ਔਰ ਰੋ ਕੇ ਦਿਖਾਓ ਤਾਂ ਕਿ ਤੁਹਾਡੇ ਆਉਣ ਦਾ ਸੰਸਾਰ ਨੂੰ ਪਤਾ ਲੱਗ ਜਾਏ। ਬੋਲੋ ਸਤਿਗੁਰੂ। ਭਗਵਾਨ ਕਹਿੰਦੇ ਮਾਂ ਮੈਨੂੰ ਕੀ ਵਕਤਾ ਪਿਆ ਕਿ ਮੈਂ ਰੋਵਾਂ। ਬੋਲੋ ਸਤਿਗੁਰੂ। ਕਹਿੰਦੇ ਮੈਂ ਇਹ ਨਹੀਂ ਕਹਿ ਰਹੀ ਵੀ ਤੁਹਾਨੂੰ ਕੋਈ ਵਕਤਾ ਹੈ, ਦੁੱਖ ਹੈ, ਤਕਲੀਫ ਹੈ, ਤੁਸੀਂ ਰੋ। ਕਹਿੰਦੇ ਫਿਰ ਮੈਨੂੰ ਕਿਉਂ ਰੋਣਾ ਚਾਹੁੰਦੀ ਹੈ? ਕਹਿੰਦੇ ਇਹ ਸੰਸਾਰ ਦੁਖੀ ਹੈ ਨਾ, ਕਹਿੰਦੇ ਇਹਨਾਂ ਨੂੰ ਦੇਖ ਕੇ ਹੀ ਰੋ ਪਵੋ। ਬੋਲੋ ਸਤਿਗੁਰੂ। ਤੁਸੀਂ ਉਹਨਾਂ ਦੇ ਇਹ ਸੰਸਾਰ ਦੇ ਭਲੇ ਵਾਸਤੇ ਆਏ ਹੋ। ਸੋ ਸਾਧ ਸੰਗਤ, ਭਗਵਾਨ ਜੀ ਰੋ ਪਏ, ਇੱਕ ਆਮ ਮਾਨਸ ਇਨਸਾਨ ਦਾ ਰੂਪ ਧਾਰਨ ਕਰ ਲਿਆ, ਬੱਚੇ ਦਾ ਰੂਪ ਧਾਰਨ ਕਰ ਲਿਆ। ਇਹ ਸਾਧ ਸੰਗਤ ਮਾਂ ਦੀ ਸ਼ਕਤੀ ਹੈ, ਮਾਂ ਦੀ ਤਾਕਤ ਹੈ। ਇਹ ਯਾਦ ਰੱਖਣਾ ਕਿ ਉਹ ਭਗਵਾਨ ਨੂੰ ਵੀ ਆਪਣੀ ਸਮਰੱਥਾ ਦੇ ਨਾਲ, ਆਪਣੀ ਸ਼ਕਤੀ ਦੇ ਨਾਲ, ਆਪਣੇ ਪਿਆਰ ਦੇ ਨਾਲ, ਵਿਵੇਕ ਦੇ ਨਾਲ, ਸੇਵਾ ਦੇ ਨਾਲ ਉਹ ਭਗਵਾਨ ਨੂੰ ਵੀ ਸਾਧ ਸੰਗਤ ਮਜਬੂਰ ਕਰ ਦਿੰਦੀ ਹੈ ਕਿ ਉਹ ਇਨਸਾਨ ਦਾ ਚੋਲਾ ਧਾਰਨ ਕਰ ਲਵੇ। ਪਰਮ ਪੁਰਖ ਨੂੰ ਵੀ ਸਾਧ ਸੰਗਤ ਮਾਂ ਦੀ ਸ਼ਕਤੀ ਇੱਕ ਬੱਚਾ ਬਣਾ ਦਿੰਦੀ ਹੈ, ਔਰ ਮਾਂ ਦੀ ਹੀ ਇੱਕ ਤਾਕਤ ਹੈ ਉਹ ਸਾਧ ਸੰਗਤ ਇਨਸਾਨ ਨੂੰ ਐਸੀ ਬੱਚੇ ਨੂੰ ਐਸੀ ਅਸੀਸ ਦਿੰਦੀ ਹੈ। ਬੱਚੇ ਤੋਂ ਇਨਸਾਨ ਬਣਾ ਕੇ ਸਾਧ ਸੰਗਤ ਫਿਰ ਉਹਨਾਂ ਨੂੰ ਭਗਵਾਨ ਬਣਾ ਦਿੰਦੀ ਹੈ। ਇਹ ਮਾਂ ਦੀ ਸਮਰੱਥਾ ਹੈ। ਧੰਨ ਜਨਨੀ ਜਿਨ ਜਾਇਆ। ਪਰ ਜਦੋਂ ਭਗਵਾਨ ਕ੍ਰਿਸ਼ਨ ਜੀ ਆਏ ਨਾ, ਤਾਂ ਉਸ ਸਮੇਂ ਸਾਰੇ ਰੂਪ ਦੀਦਾਰ ਕਰਾ ਦਿੱਤੇ। ਪਰ ਕਹਿੰਦੇ ਜੇ ਮੈਂ ਇੱਥੇ ਹੱਸਦਾ ਹਾਂ, ਰੋਂਦਾ ਹਾਂ, ਤੇ ਰੋਲਾ ਕੁਝ ਹੋਰ ਹੈ। ਬੋਲੋ ਸਤਿਨਾਮ। ਕਿਉਂ? ਭਗਵਾਨ ਜੀਆਂ ਦਾ ਆਗਮਨ ਜੇਲ੍ਹ ਦੇ ਵਿੱਚ ਹੋਇਆ। ਬੋਲੋ ਸਤਿਨਾਮ। ਕਾਹਦੇ ਵਾਸਤੇ? ਸੰਸਾਰ ਦੇ ਲੋਕਾਂ ਨੂੰ ਇਹਨਾਂ ਜੇਲ੍ਹ ਖਾਨਿਆਂ ਤੋਂ ਬਚਾਉਣ ਵਾਸਤੇ, ਛੁਡਾਉਣ ਵਾਸਤੇ। ਬੋਲੋ ਸਤਿਨਾਮ। ਔਰ ਜਦੋਂ ਜਗਤ ਗੁਰੂ ਨਾਨਕ ਪਾਤਸ਼ਾਹ ਆਏ ਹਨ ਨਾ ਇਸ ਧਰਤੀ ਦੇ ਉੱਤੇ, ਸਾਧ ਸੰਗਤ ਨਾ ਚੁੱਪ ਕਰਕੇ ਆਏ, ਨਾ ਰੋਂਦੇ ਆਏ, ਤਾਂ ਸਾਧ ਸੰਗਤ ਦੋ ਤਾਂ ਦਾਈ ਨੇ ਪਹਿਲੀ ਵਾਰ ਦਰਸ਼ਨ ਜਦੋਂ ਕੀਤੇ ਹਨ ਨਾ ਜਗਤ ਗੁਰੂ ਨਾਨਕ ਪਾਤਸ਼ਾਹ ਦੇ, ਤੇ ਦੇਖਦਿਆਂ ਸਾਰ ਹੈਰਾਨ ਹੋ ਗਈ। ਘਰ ਦੇ ਸਾਧ ਸੰਗਤ ਅੱਜ ਦੇ ਦਿਹਾੜੇ, ਅੱਜ ਦੇ ਇਸ ਸਮੇਂ ਦੇ ਉੱਤੇ ਘਰ ਦੇ ਸੱਤ ਦੀਵੇ ਕਹਿੰਦੇ ਜਗਦੇ ਸਨ, ਉਹਨਾਂ ਦਾ ਪ੍ਰਕਾਸ਼ ਮੱਧਮ ਪੈ ਗਿਆ। ਪਰ ਜਦੋਂ ਹਜ਼ੂਰ ਦਾ ਪ੍ਰਕਾਸ਼ ਹੋਇਆ, ਸਾਧ ਸੰਗਤ ਘਰ ਦੇ ਵਿੱਚ ਚਾਨਣ ਹੀ ਚਾਨਣ ਹੋ ਗਏ। ਔਰ ਗੁਰੂ ਬਾਬਾ ਜੀ ਮੁਸਕਰਾਉਣ ਲੱਗ ਪਏ। ਬੋਲੋ ਸਤਿਗੁਰੂ। ਆਇਆ ਕਾਹਦੇ ਵਾਸਤੇ ਹੈ? ਸੰਸਾਰ ਦੇ ਰੋਗਾਂ ਨੂੰ, ਸੰਸਾਰ ਦੇ ਲੋਕਾਂ ਨੂੰ ਸੁਣੀ ਪੁਕਾਰ ਦਾ ਤਾਰ ਪ੍ਰਭ,
ਗੁਰੂ ਨਾਨਕ ਜਗ ਮਾਹੇ ਬਿਠਾਇਆ। ਸਾਧ ਸੰਗਤ ਇਸ ਦੁਖੀ ਸੰਸਾਰ ਨੂੰ ਬਾਬੇ ਡਿਠਾ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਇਸ ਜਲਦੇ ਹੋਏ ਸੰਸਾਰ ਨੂੰ ਕੌਣ ਕਨਾਮ ਖੁਦਾਇਆ, ਨਾਮ ਦਾ ਅੰਮ੍ਰਿਤ ਦੇ ਕੇ ਉਹਨਾਂ ਨੂੰ ਸਾਧ ਸੰਗਤ ਤੇ ਸੁਖ ਤੇ ਆਨੰਦ ਪ੍ਰਦਾਨ ਕਰਨ ਵਾਸਤੇ ਦੇ ਜੈ ਗੁਰੂ ਨਾਨਕ ਪਾਤਸ਼ਾਹ। ਸਾਧ ਸੰਗਤ ਮੁਸਕਰਾਉਣ ਲੱਗ ਪਏ, ਬੋਲੋ ਸਤਿਨਾਮ। ਐਸੇ ਪਾਤਸ਼ਾਹ ਦਾ ਆਗਮਨ ਦਾ ਦਿਹਾੜਾ ਹੈ, ਸਮਾਂ ਵਿਸਰਾਮ ਦਾ ਹੋ ਚੁੱਕਾ ਹੈ। ਸਾਧ ਸੰਗਤ ਦਿਨੇ ਵੀ ਆਪਦੇ ਸ਼ਬਦ ਕਰਕੇ ਦਰਸ਼ਨ ਨਹੀਂ ਕਰ ਸਕਿਆ, ਕੁਝ ਆਵਾਜ਼ ਤੇ ਸਰੀਰ ਠੀਕ ਨਹੀਂ, ਪਰ ਗੁਰੂ ਬਾਬਾ ਜੀ ਇਹ ਰਜ਼ਾ ਹੈ। ਹੁਣ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮ ਆਓ ਜੀ। ਹੁਕਮ ਦੇ ਵਿਚਕਾਰ ਕਰਨੀ ਬਹੁਤ ਔਖੀ ਹੈ, ਪਰ ਜਿਵੇਂ ਵੀ ਕਰਾ ਲੈਣ, ਜਿਵੇਂ ਵੀ ਬੁਲਾ ਲੈਣ, ਉਹਦੀ ਮਰਜ਼ੀ ਹੈ। ਬੁਲਾਉਣ ਨਾ ਬੁਲਾਉਣ ਉਹਨਾਂ ਦੀ ਮਰਜ਼ੀ ਹੈ। ਬੋਲੋ ਸਤਿਨਾਮ। ਅੰਦਰ ਇੱਕ ਸਿੱਖ ਰਹਿੰਦੀ ਹੈ, ਅੰਦਰ ਇੱਕ ਧੁੰਨ ਰਹਿੰਦੀ ਹੈ। ਅੱਠੋ ਪੈਰ ਕਿ ਸੱਚੇ ਪਾਤਸ਼ਾਹ ਬਸ ਇੱਕ ਬਖਸ਼ਿਸ਼ ਕਰੋ, ਜਿਵੇਂ ਮਰਜ਼ੀ ਬੁਲਾਓ ਨਾ ਬੁਲਾਓ, ਪਰ ਇੱਕ ਚਾਉ ਬਣਿਆ ਰਹੇ। ਇੱਕ ਜੋ ਮਾਤਾ ਪਿਤਾ ਰਾਹੀਂ, ਗੁਰੂ ਮਹਾਂਪੁਰਖਾਂ ਰਾਹੀਂ ਉਹ ਜੋ ਅਸੀਸ ਮਿਲੀ ਹੋਈ ਹੈ ਵੀ ਸੱਚੇ ਪਾਤਸ਼ਾਹ ਇੱਕ ਕਿਰਪਾ ਕਰੀ ਅਖੀਰਲੇ ਸਵਾਸਾਂ ਤੱਕ ਤੇਰੀ ਸਿਫਤ ਹੁੰਦੀ ਰਹੇ, ਤੇਰਾ ਜਸ ਹੁੰਦਾ ਰਹੇ। ਇਹ ਰਸਨਾ ਇਹ ਜ਼ਬਾਨ ਉਦੋਂ ਹੀ ਬੰਦ ਹੋਵੇ ਜਦੋਂ ਸਾਧ ਸੰਗਤ ਇਹ ਸੰਸਾਰ ਤੋਂ ਅਖੀਰਲਾ ਹੀ ਸਮਾਂ ਹੋਵੇ। ਬੋਲੋ ਸਤਿਨਾਮ। ਉਸ ਤੋਂ ਪਹਿਲੇ ਬਸ ਇੱਕ ਬਖਸ਼ਿਸ਼ ਕਰੀ, ਇੱਕ ਰਹਿਮਤ ਕਰੀ। ਉਸ ਸਤ
ਵਾਰੀ ਸਿਰ ਪਹਿਲੇ ਹਿੱਸੇ ਚ ਦਾਸ, ਦੂਸਰੇ ਪਾਸੇ ਸਭ ਭਾਈ, ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਜੋ ਪਿੱਛੇ ਤੱਕ ਬੈਠੀਆਂ, ਜਿਹੜੇ ਰੋਜ਼ ਸੰਗਤ ਆਉਂਦੇ ਹਨ, ਅਭਿਆਸ ਕਰਦੇ ਹਨ, ਪਿਆਰ ਦੇ ਨਾਲ ਪੜ੍ਹਦੇ ਚਲੋ, ਥੋੜਾ ਜਿਹਾ ਟਾਈਮ ਹੈ। ਨਾਨਕ ਨਾਮ ਮਹਾਰਾਜ ਸੰਗਤ
ਇਹ ਔਕੜ ਘਾਟੀ ਰਾਮ ਕੀ। ਸਾਨੂੰ ਤਾਂ ਥੋੜੀ ਜਿਹੀ ਚੀਜ਼ ਮਿਲ ਜਾਏ ਨਾ, ਥੋੜਾ ਜਿਹਾ ਧਨ, ਧੀਆਂ ਪੁੱਤਰ, ਕੋਠੀਆਂ, ਮਕਾਨ, ਸੱਦਾ, ਉਹ ਨੀ ਸਾਡੇ ਕੋਲ ਛੱਡੇ ਜਾਂਦੇ। ਰਾਜ ਨੂੰ ਕਿਤੇ ਛੱਡਦੇ ਆ? ਕਹਿੰਦੇ ਇੱਕ ਵਾਰੀ ਦੇ ਕੇ ਦੇਖੋ ਤਾਂ ਸਹੀ, ਫਿਰ ਪਤਾ ਲੱਗੇ ਛੱਡਦੇ ਆ ਕਿ ਨਹੀਂ ਛੱਡਦੇ। ਬੋਲੋ ਸਾਹਿਬ, ਤੁਸੀਂ ਆਪਣੇ ਘਰ ਦਾ ਹੀ ਰਾਜ ਸਾਧ ਸੰਗਤ ਜਰਾ ਛੱਡ ਕੇ ਦਿਖਾਓ, ਕੋਈ ਛੱਡਣ ਨੂੰ ਤਿਆਰ ਹੈ? ਆਪਣੇ ਕੱਪੜੇ ਤਾਂ ਛੱਡਣ ਨੂੰ ਤਿਆਰ ਨਹੀਂ ਹੁੰਦੇ, ਰਾਜ ਕਿੱਥੋਂ ਛੱਡਦੇ ਹੋ? ਬੋਲੋ ਸਾਹਿਬ, ਆਪਣੇ ਧੀਆਂ ਪੁੱਤਰ ਨੂੰ ਛੱਡਣ ਨੂੰ ਕੋਈ ਤਿਆਰ ਹੈ? ਕੋਠੀਆਂ ਮਕਾਨਾਂ ਨੂੰ ਛੱਡਣ ਨੂੰ ਤਿਆਰ ਹੈ? ਹਾਂ, ਗੁਰੂ ਛੁਡਾ ਲਏ ਤਾਂ ਗੱਲ ਵੱਖਰੀ ਹੈ। ਸਾਧ ਸੰਗਤ ਜਦੋਂ ਤੋਂ ਸੱਦਾ ਆ ਜਾਂਦਾ ਨਾ, ਤੇ ਉਸ ਸਮੇਂ ਵੀ ਸਾਧ ਸੰਗਤ ਮੁਰਝਾਏ ਹੁੰਦੇ ਆ ਵੀ ਹੁਣ ਤਾਂ ਜਾਣਾ ਹੀ ਪੈਣਾ। ਬੋਲੋ ਸਾਹਿਬ, ਪਰ ਮੁਕਤ ਦੀ ਤਾਂ ਗੱਲ ਬਹੁਤ ਦੂਰ ਦੀ ਹੈ। ਇੰਨਾ ਕੁਝ ਛੱਡਦੇ ਰੂਹਾਨੀਅਤ ਦੇ ਵਿੱਚ, ਇਹ ਹੁਣ ਮੁਕਤੀ ਨਹੀਂ ਚਾਹੀਦੀ। ਮਨ ਪ੍ਰੀਤ ਚਰਨ ਕਮਲਾ, ਸਾਧ ਸੰਗਤ ਹੀ ਕੋਈ ਸੌਖੀ ਗੱਲ ਨਹੀਂ ਹੈ। ਇਹ ਦੋ ਪੰਕਤੀਆਂ, ਦੋ ਸ਼ਬਦ ਜਿਹੜੇ ਹਨ, ਕੋਈ ਛੋਟੀ ਜਿਹੀ ਗੱਲ ਨਹੀਂ ਹੈ। ਪੜ੍ਹ ਦਿੰਦੇ ਹਾਂ, ਸਾਧ ਸੰਗਤ ਇਹ ਉਹ ਛੱਡੇਗਾ ਜਿਨ੍ਹਾਂ ਨੂੰ ਗੁਰੂ ਬਾਬਾ ਜੀਆਂ ਦੇ ਬਚਨ ਸੁਣਨ ਨੂੰ ਮਿਲ ਗਏ, ਜਿਹਨੇ ਗੁਰੂ ਦੀ ਆਵਾਜ਼ ਸੁਣ ਲਈ ਹੈ, ਜਿਹਨੇ ਗੁਰੂ ਦੇ ਦੀਦਾਰ ਕਰ ਲਏ ਹਨ। ਯਾਦ ਰੱਖਣਾ, ਔਰ ਜਿਹਨੂੰ ਸਾਧ ਸੰਗਤ ਗੁਰੂ ਦਾ ਸਪਰਸ਼ ਹੋ ਗਿਆ। ਬੋਲੋ ਸਤਿਗੁਰ, ਗੁਰੂ ਦੇ ਬਚਨ ਤਾਂ ਬਹੁਤ ਦੁਨੀਆਂ ਨੇ ਸੁਣੇ ਹਨ। ਸਾਧ ਸੰਗਤ ਸੁਣਨਾ ਹੋਰ ਗੱਲ ਹੈ, ਸਾਧ ਸੰਗਤ ਰਿਸੀਵ ਕਰਨਾ ਹੋਰ ਗੱਲ ਹੈ, ਪਰ ਕੰਸੀਵ ਕਰਨਾ ਹੋਰ ਗੱਲ ਹੈ। ਬੋਲੋ ਸਤਿਗੁਰ, ਸੁਣਦੇ ਤਾਂ ਬਹੁਤ ਦੁਨੀਆਂ, ਪਰ ਜਿਨ੍ਹਾਂ ਨੇ ਪ੍ਰਵਾਨ ਕਰ ਲਿਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਤਾਕਤ ਹੈ, ਸਮਰੱਥਾ ਹੈ, ਉਹਨੂੰ ਪਹੁੰਚਾਉਣ ਦੀ ਸ਼ਕਤੀ ਜਿਨ੍ਹਾਂ ਦੇ ਕੋਲ ਆ ਗਈ ਹੈ, ਕੰਸੀਵ ਜਿਨ੍ਹਾਂ ਨੇ ਕਰ ਲਿਆ ਹੈ, ਸਾਧ ਸੰਗਤ ਉਹ ਸਾਰਾ ਕੁਛ ਕਰਕੇ ਫੇਰ ਕਵੇ ਮਨ ਪ੍ਰੀਤ ਚਰਨ ਕਮਲ ਹੈ। ਕੋਈ ਛੋਟੀ ਜਿਹੀ ਗੱਲ ਨਹੀਂ, ਇਹ ਤਾਂ ਸਾਧ ਸੰਗਤ ਦੇ ਟਾਈਮ ਸਮਾਂ ਮਿਲਿਆ, ਉਸ ਦੋਤਾ ਰਾਈ ਨੂੰ ਮਿਲੀ। ਅਵਤਾਰ ਲੈਂਦਿਆਂ ਹੀ, ਧਰਤੀ ਤੇ ਉਤਰਦਿਆਂ ਹੀ, ਔਰ ਸਾਧ ਸੰਗਤ ਅਸੀਂ ਸੋਚਦੇ ਹਾਂ ਵੀ ਕਿ ਵੀ ਛੋਟੀਆਂ ਜਿਹੀਆਂ ਗੱਲਾਂ। ਪਤਾ ਗੁਰੂ ਬਾਬਾ ਜੀ ਨੇ ਕਿੰਨੀ ਕੁ ਕਮਾਈ ਕੀਤੀ ਹੈ? ਰੇਤ ਅੱਕ ਆਹਾਰ ਕਰ ਰੋੜਾਂ ਦੀ ਕਰੀ ਵਿਛਾਈ, ਭਾਰੀ ਕਰੀ ਤੋਂ ਬਸਿਆ। ਤਿੰਨੇ ਯੁੱਗ, ਛੱਤੀ ਛੱਤੀ ਯੁੱਗ ਬੈਠ ਕੇ ਪਹਿਲੇ ਮਹਾਰਾਜ ਨੇ ਤਪ ਕੀਤਾ, ਕਮਾਈਆਂ ਕੀਤੀਆਂ ਹੋਈਆਂ ਹਨ। ਐਸੇ ਭਾਈ ਗੁਰਦਾਸ ਜੀ ਕਹਿੰਦੇ, ਤੁਸੀਂ ਛੋਟੀ ਜਿਹੀ ਗੱਲ ਸਮਝਦੇ। ਅਸੀਂ ਇੱਕ ਦਿਨ, ਦਸ ਦਿਨ, ਵੀਹ ਦਿਨ, ਚਾਲੀ ਦਿਨ, ਮਹੀਨਾ, ਦੋ ਮਹੀਨੇ ਜਾਪ ਕਰ ਲਈਏ, ਥੋੜਾ ਜਿਹਾ ਕੰਮ ਕਰ ਲਈਏ, ਦੋ ਚਾਰ, ਦਸ ਸਾਲ, ਵੀਹ ਸਾਲ ਲਾ ਦੀ, ਕਹਿੰਦੇ ਬੜੀ ਮਿਹਨਤ ਕੀਤੀ ਹੈ ਜੀ ਮੈਂ ਤਾਂ ਇੱਥੇ ਪਹੁੰਚਿਆ। ਬੋਲੋ ਸਾਧਨ, ਮੈਂ ਘਰ ਤਾਂ ਬਣਾਇਆ, ਪਤਾ ਆ ਸੱਤਾ ਮੈਨੂੰ ਇਉਂ ਦੀ ਥੋੜੀ ਮਿਲ ਗਈ। ਸਾਧ ਸੰਗਤ ਗੁਰੂ ਬਾਬਾ ਜੀਆਂ ਦੀ ਕਮਾਈ ਦੇਖੋ ਜਰਾ, ਪਹਿਲੇ ਇਹਨਾਂ ਨੂੰ ਤਾਂ ਕਿੰਨੀ ਕੁ ਕਮਾਈ, ਭਾਰੀ ਕਰੀ ਤਪੱਸਿਆ, ਕੋਈ ਅੰਤ ਨਹੀਂ ਹੈ ਕਿ ਕਿੰਨੀ ਕੁ ਤਪੱਸਿਆ ਕੀਤੀ ਹੈ। ਔਰ ਇੱਕ ਜਾਮੇ ਚ ਨਹੀਂ ਕੀਤੀ, ਹਰ ਜਾਮੇ ਚ ਕੀਤੀ ਹੈ।
फिर वड़े भाग हर सिंह बने आई और साध संगत बाबा पैंदा सच खंड नौनिद नाम गिरी ਇੰਨੀ ਤਪੱਸਿਆ ਕਮਾਈ ਕਰਕੇ ਅਸੀਂ ਤਾਂ ਸਾਧ ਸੰਗਤ ਸਾਡੀ ਹਾਲਤ ਵਿਗੜ ਜਾਂਦੀ ਹੈ। ਬੋਲੋ ਸਤਿਨਾਮ। ਔਰ ਗੁਰੂ ਬਾਬਾ ਜੀ ਸਾਧ ਸੰਗਤ ਬਾਬਾ ਪੈਂਦਾ ਸੱਚਖੰਡ, ਸੱਚਖੰਡ ਤੋਂ ਸਾਧ ਸੰਗਤ ਸੱਚ ਜਾਣੋ ਨੌ ਨਿਤ ਨਾਮ ਗਰੀਬੀ ਪਾਈ। ਜਿੰਨੀ ਵੀ ਗਰੀਬੀ ਸੀ ਨਾ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸਾਰੀ ਜਗ ਗੁਰੂ ਨਾਨਕ ਪਾਤਸ਼ਾਹ ਆਪਣੇ ਨਾਲ ਧਰਤੀ ਦੇ ਉੱਤੇ ਲੈ ਆਏ। ਬੋਲੋ ਸਤਿਨਾਮ। ਇਹ ਗਰੀਬੀ ਤਾਂ ਕਿਸੇ ਨੂੰ ਮਿਲਦੀ ਨਹੀਂ ਔਰ ਇਹ ਗਰੀਬੀ ਦਾ ਪ੍ਰਸ਼ਾਦ ਹੈ ਉਹਨਾਂ ਦੇ ਕੋਲ, ਇਹ ਆਨੰਦ ਹੈ ਉਹਨਾਂ ਦੇ ਕੋਲ। ਔਰ ਇਸੇ ਕਰਕੇ ਧਰਤੀ ਤੇ ਆਉਂਦਿਆਂ ਹੀ ਕਹਿ ਰਹੇ ਹਨ ਓ ਤੇਰਾ ਤੇਰੋ ਨਾਮ ਆਈ ਸਾਧ ਸੰਗਤ ਦਾਤੇ ਨਾਲ ਪਿਆਰ ਕਰਦੇ ਹਨ ਨਾ
ਗੁਰੂ ਨਾਲ ਪਿਆਰ ਕਰਦੇ ਹਨ ਉਹ ਕਹਿੰਦੇ ਕੁਛ ਮਿਲੇ ਜਾਂ ਨਾ ਮਿਲੇ। ਬੋਲੋ ਸਤਿਨਾਮ। ਮਨੋਂ ਬਸਤੂ ਚਾਹੀਦਾ ਏ ਬਾਬਾ, ਤੇਰੀਆਂ ਦਾਤਾਂ ਨਹੀਂ, ਮੈਨੂੰ ਤਾਂ ਦਾਤਾ ਚਾਹੀਦਾ ਹੈ। ਬੋਲੋ ਸਤਿਨਾਮ। ਹੋਰ ਕੁਛ ਚਾਹੁੰਦੇ ਹੀ ਨੇ, ਫਿਰ ਦਾਤਾ ਉਹਨਾਂ ਨੂੰ ਜੜ ਚੇਤਨ ਰਾਜ ਸਿੱਧੀ ਮੁਕਤੀ ਇਹ ਸਾਰੀਆਂ ਚੀਜ਼ਾਂ ਦਿੰਦਾ ਹੈ, ਦੇਖਦਾ ਹੈ ਕਿ ਮੇਰਾ ਸਿੱਖ ਕਿੱਥੇ ਖੜ ਰਿਹਾ ਹੈ। ਬੋਲੋ ਸਤਿਨਾਮ। ਵੀ ਜੜ ਤੇ ਮਾਇਆ ਤੇ ਖੜ ਗਿਆ, ਉਸਤਤ ਨਿੰਦਿਆ ਤੇ ਠਹਿਰ ਗਿਆ ਕਿ ਨਹੀਂ। ਔਰ ਜਿਹੜਾ ਮਨੁੱਖ ਸਾਧ ਸੰਗਤ ਦੁਨੀਆਂ ਦੇ ਯਸ਼ ਨੂੰ ਇੱਜ਼ਤ ਨੂੰ ਛੱਡ ਦੇਵੇ, ਯਾਦ ਰੱਖਣਾ, ਜਿਹੜਾ ਯਸ਼ ਨੂੰ ਛੱਡ ਦਿੰਦਾ ਹੈ ਦੁਨੀਆਂ ਦੇ ਵਿੱਚ ਸਾਧ ਸੰਗਤ ਗੁਰੂ ਦਾ ਰਸ ਵੀ ਉਹਨਾਂ ਨੂੰ ਮਿਲਦਾ। ਯਾਦ ਰੱਖਣਾ, ਜਿਹੜਾ ਦੁਨੀਆਂ ਦਾ ਯਸ਼, ਮੇਰੀ ਇੱਜ਼ਤ ਹੋਵੇ, ਮੇਰਾ ਨਾਮ ਹੋਵੇ, ਮਾਫ ਕਰਨਾ, ਪਾਠ ਤਾਂ ਕੀਰਤਨ ਸੇਵਾ ਤਾਂ ਕਰਨਗੇ, ਜਾਪ ਤਾਂ ਕਰਨਗੇ, ਪਰ ਸਾਧ ਸੰਗਤ ਰਸ ਨਹੀਂ ਮਿਲੇ। ਬੋਲੋ ਸਤਿਨਾਮ। ਫਿਰ ਗੁਰੂ ਨੂੰ ਵੀ ਇੰਨਾ ਪਾਠ ਕੀਤਾ, ਇੰਨੀ ਸੇਵਾ ਕੀਤੀ, ਪਰ ਰਸ ਨਹੀਂ ਮਿਲਿਆ। ਬੋਲੋ ਸਤਿਨਾਮ। ਮਹਾਰਾਜ ਕਹਿੰਦੇ ਉਸਤਤ ਨਿੰਦਿਆ ਨੂੰ ਛੱਡ, ਤੂੰ ਤਾਂ ਯਸ਼ ਚਾਹੁੰਦਾ ਹੈ, ਇੱਜ਼ਤ ਚਾਹੁੰਦਾ ਹੈ, ਸਾਧ ਸੰਗਤ ਜ਼ਿਲਤ ਕੌਣ ਚਾਹੁੰਦਾ ਹੈ। ਬੋਲੋ ਸਤਿਨਾਮ। ਥੋੜਾ ਜਿਹਾ ਵੀ ਸੇਵਾ ਕਰਦਿਆਂ ਕੋਈ ਰੋਕ ਦੇ ਟੋਕ ਦੇ, ਸਾਡੀਆਂ ਅੱਖਾਂ ਚ ਪਾਣੀ ਆ ਜਾਂਦਾ। ਬੋਲੋ ਸਤਿਨਾਮ। ਜੇ ਇੱਜ਼ਤ ਮਿਲ ਜਾਏ ਤੇ ਅੱਖਾਂ ਕੁਝ ਹੋਰ ਹੋ ਜਾਂਦੀਆਂ। ਸਾਧ ਸੰਗਤ ਜਦੋਂ ਤੈਨੂੰ ਕੋਈ ਰੋਕਦਾ ਹੈ ਟੋਕਦਾ ਹੈ ਤੇ ਸਮਝ ਲੈ ਤੇਰਾ ਇਮਤਿਹਾਨ ਹੋ ਰਿਹਾ ਹੈ। ਤੂੰ ਸੇਵਾ ਵੀ ਤੂੰ ਕੌਣ ਹੈ, ਸੇਵਾ ਕਰਨ ਵਾਲਾ ਤੂੰ ਕੌਣ ਹੈ, ਪਾਠ ਕਰਨ ਵਾਲਾ ਤੂੰ ਕੌਣ ਹੈ, ਕੀਰਤਨ ਕਰਨ ਵਾਲਾ, ਇਹਨਾਂ ਨੂੰ ਛੱਡ ਦੇ, ਉਹ ਕਰਵਾ ਰਿਹਾ ਹੈ। ਬੋਲੋ ਸਤਿਨਾਮ। ਤੇ ਜਦੋਂ ਉਹ ਕਰਵਾ ਰਿਹਾ ਹੈ ਫਿਰ ਸਾਧ ਸੰਗਤ ਇੱਜ਼ਤ ਮਿਲੇ ਜਾਂ ਜ਼ਿਲਤ ਮਿਲੇ, ਕਹਿੰਦੇ ਜੋ ਕੁਛ ਵੀ ਦੇ ਰਿਹਾ ਨਾ ਤੂੰ ਦੇ ਰਿਹਾ। ਬੋਲੋ ਸਤਿਨਾਮ। ਔਰ ਜਿਸ ਸਮੇਂ ਜੋ ਉਹ ਦੇਵੇਗਾ, ਚਾਹੇ ਇੱਜ਼ਤ ਹੋਵੇ ਚਾਹੇ ਜ਼ਿਲਤ ਹੋਵੇ, ਸਾਧ ਸੰਗਤ ਸਿੱਖ ਰਸ ਨਾਲ ਭਰ ਜਾਏ। ਬੋਲੋ ਸਤਿਨਾਮ। ਇਹ ਰਸ, ਔਰ ਜਿਹਨਾਂ ਨੂੰ ਸਾਧ ਸੰਗਤ ਰਸ ਆਉਣਾ ਸ਼ੁਰੂ ਹੋ ਜਾਂਦਾ, ਉਹਨਾਂ ਨੂੰ ਨਾ ਇੱਜ਼ਤ ਦਾ ਪਤਾ ਹੈ ਨਾ ਜ਼ਿਲਤ ਦਾ ਪਤਾ, ਉਹਨਾਂ ਨੂੰ ਪਤਾ ਹੀ ਨਹੀਂ। ਸਾਧ ਸੰਗਤ ਉਹਨਾਂ ਵਾਸਤੇ ਹੈ, ਇਹ ਰਸ ਵਾਲਿਆਂ ਵਾਸਤੇ। ਨਾਨਕ ਨਾਮ ਮਹਾਰਸ ਮਿੱਠਾ। ਆ ਜਿਹਨਾਂ ਨੂੰ ਇਹ ਰਸ ਆ ਗਿਆ ਹੈ ਸਾਧ ਸੰਗਤ, ਸਿਰਫ 7 ਸਾਲ ਦਾ ਸਮਾਂ ਜਗਤ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਬਾਬੇ ਲਹਿਣਾ ਜੀਆਂ ਨੂੰ ਮਿਲਿਆ ਸੀ, ਸਿਰਫ 7 ਸਾਲ। ਔਰ ਜਦੋਂ ਕਰਤਾਰਪੁਰ ਆ ਕੇ ਉਹਨਾਂ ਨੇ ਉਸ ਤੋਂ ਪਹਿਲੇ ਉਸ ਬਾਣੀ ਨੂੰ ਸੁਣਿਆ, ਸ਼ਬਦ ਨੂੰ ਸੁਣਿਆ, ਆਦਿ ਸ਼ਕਤੀ ਦੇ ਉਪਾਸਕ ਸਨ ਬਾਬੇ ਲਹਿਣਾ ਜੀ ਵੀ। ਪਰ ਜਦੋਂ ਸਾਧ ਸੰਗਤ ਗੁਰੂ ਦੇ ਦਰਸ਼ਨ ਕੀਤੇ, ਜਿੱਤ ਸੇਵੀ ਇਹ ਸੁੱਖ ਪਾਈ ਹੈ, ਸੋ ਸਾਰੇ ਜਿੱਤ ਕੀਤਾ ਪਾਈਏ ਆਪਣਾ ਸਾਕਾਲ ਗੁਰੀ, ਮਨ ਦਾ ਮੂਲ ਨਾ ਕੀਜੇ ਦੇ ਲੰਬੀ ਨਦਰ ਨੇ ਹਾਰੀ ਹੈ। ਜੇ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ, ਤੇ ਵੇਹਾ ਪਾਸਾ ਢਾਲੀਏ, ਅੱਗੇ ਬਸ ਆਹੀ ਗੱਲ ਹੈ। ਕੁਛ ਲਾਹੇ ਦਾ ਟਾਈਮ ਮਿਲਿਆ, ਜਦੋਂ ਇੰਨੀ ਗੱਲ ਸੁਣੀ ਸਾਧ ਸੰਗਤ ਮਨ ਮੋਲਿਆ, ਗੁਰਾਂ ਦੀ ਬਾਣੀ ਮਨ ਮੋਲਿਆ, ਗੁਰਾਂ ਦੀ ਆਹ
ਆਪਣੇ ਸਿਫਤ ਹੈ। ਸੁਣਨਾ ਚਾਹੁੰਦੇ ਹੋ ਬੋਲੇ ਸੋਨਿਆ। ਥੋੜਾ ਜਿਹਾ ਸਪਰਸ਼ ਦਿੰਦਾ ਹੈ ਸਾਧ ਸੰਗਤ
ਹੁਣ ਇਹਦੀ ਝਾਲ ਕੌਣ ਝੱਲੇ। ਸਾਧ ਸੰਗਤ ਉਵੇਂ ਹੱਥ ਖੜੇ ਹੋ ਜਾਂਦੇ ਹਨ, ਕਹਿੰਦੇ ਬਾਪੂ ਮੈਂ ਰੱਜ ਗਿਆ। ਬੋਲੋ ਸਤਿਗੁਰ। ਔਰ ਜਿਹੜੇ ਸਾਧ ਸੰਗਤ ਰੱਜ ਗਏ ਹਨ ਨਾ, ਉਹ ਸਾਰੇ ਦੇ ਸਾਰੇ ਸਭ ਕੁਝ ਛੱਡ ਕੇ ਕਰਤਾਰਪੁਰ ਦੀ ਧਰਤੀ ਤੇ ਆ ਗਏ। ਬੋਲੋ ਸਤਿਗੁਰ। ਔਰ ਉੱਥੇ ਕੀ ਦੇਖ ਰਿਹਾ ਪੜ ਲਓ ਜਰਾ। ਕਰਤਾਰੀ ਬਣਾਉਣੇ ਆਇਆ ਵਾਸੀ ਕਰਤਾਰਪੁਰ, ਕਰਤਾਰੀ ਸੰਗਤ ਬਣਾਉਣ ਵਾਸਤੇ ਆਏ ਜਿਹੜੇ ਵੀ ਆਉਂਦੇ ਸਨ ਕਰਤਾਰਪੁਰ ਦੇ ਵਿੱਚ, ਸਾਧ ਸੰਗਤ ਸਾਰੇ ਕਰਤਾਰੀ ਸੰਗਤ ਦੇ ਵਿੱਚ ਸ਼ਾਮਿਲ ਹੋ ਗਏ। ਔਰ ਜਿਹੜੇ ਜਿਹੜੇ ਵੀ ਉਹ ਸੰਗਤ ਦੇ ਵਿੱਚ ਕਰਤਾਰੀ ਸੰਗਤ ਦੇ ਵਿੱਚ ਸ਼ਾਮਿਲ ਹੋ ਗਏ, ਉਹ 10 ਜਾਮੀਆਂ ਤੱਕ ਤੁਰਦੇ ਨੇ ਨਾਲ, ਔਰ ਤੁਰਦੇ ਤੁਰਦੇ ਸਾਧ ਸੰਗਤ ਉਹਨਾਂ ਨੂੰ ਅਨੰਦਪੁਰ ਦਾ ਵਾਸੀ ਬਣਾ ਦਿੱਤਾ। ਵਿਸ਼ਰਾਮ ਦੇ ਵਿੱਚ ਚੱਲਦੇ ਹਾਂ। ਗੁਰੂ ਬਾਬਾ ਜੀਆਂ ਨੇ ਉਸ ਕਰਤਾਰਪੁਰ ਦੇ ਵਿੱਚ ਕਰਤਾਰੀ ਸੰਗਤ ਦੀ ਨੀਂਹ ਰੱਖੀ। ਬੋਲੋ ਸਤਿਗੁਰ। ਔਰ ਜਿਹਨਾਂ ਨੇ ਸਾਧ ਸੰਗਤ ਗੁਰੂ ਬਾਬਾ ਜੀਆਂ ਦੇ ਦਰਸ਼ਨ ਕੀਤੇ, ਗੁਰੂ ਦੀ ਬਾਣੀ ਨੂੰ ਸੁਣਿਆ, ਚਾਰ ਉਦਾਸੀਆਂ ਤੋਂ ਬਾਅਦ ਉਹ ਆਪਣੇ ਸਾਰੇ ਕਾਰੋਬਾਰ ਛੱਡ ਕੇ ਸਾਰੇ ਹੀ ਕਰਤਾਰਪੁਰ ਦੇ ਵਿੱਚ ਆ ਕੇ ਵਸ ਗਏ। ਔਰ ਉਹ ਕਰਤਾਰੀ ਸੰਗਤ ਨੇ ਨਿਰੰਕਾਰੀ ਸੰਗਤ ਨੇ ਉਸ ਪਿਆਰੇ ਦੀ ਸੰਗਤ ਨੇ ਉਸ ਪ੍ਰੀਤਮ ਦੀ ਸੰਗਤ ਨੇ ਬਸ ਮੇਰਾ ਮਨ Oh,
ਪੁਰਖਾਂ ਦੇ ਕੋਲੋਂ ਇਹ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਨਿਤ ਨਵਾਂ ਇਹ ਆਨੰਦ ਹੈ, ਪਰ ਜਿਹੜੇ ਚਕੋਰਾ ਵਾਂਗੂ ਬਹਿ ਗਏ, ਚਾਤਕ ਵਾਂਗੂ ਬਹਿ ਗਏ, ਪਤਾ ਨਹੀਂ ਕਿਹੜੀ ਉਪਵਾਦ ਨੇ ਆ ਕੇ ਉਸ ਚਾਤਕ ਦੇ ਉਸ ਚਕੋਰ ਦੇ ਮੁੱਖ ਦੇ ਵਿੱਚ ਚਲੇ ਜਾਣਾ, ਔਰ ਇੱਕ ਬੂੰਦ ਜਿਹੜੀ ਹੈ ਜੇ ਕੰਸੀਵ ਕਰਨ ਲਈ ਚਲੇ ਗਈ ਅੰਦਰ, ਉਹਨੇ ਤਨ ਤੇ ਮਨ ਨੂੰ ਤਨ ਦੇ ਵਿੱਚੋਂ ਰੋਗ ਭਜਾ ਦੇਣੇ ਹਨ, ਮਨ ਦੇ ਵਿੱਚੋਂ ਸੋਗ, ਔਰ ਆਤਮਾ ਨੂੰ ਸਾਧ ਸੰਗਤ ਤ੍ਰਿਪਤ ਕਰ ਦੇਣਾ, ਔਰ ਤ੍ਰਿਪਤ ਹੁੰਦਿਆਂ ਹੀ ਚੱਲੇ ਧਰਤੀ ਦਾ ਜਿਹੜਾ ਆਨੰਦ ਹੈ ਜਿਹਨਾਂ ਨੂੰ ਮਿਲ ਜਾਂਦਾ ਹੈ, ਫਿਰ ਪਤਾ ਹੈ ਕੀ ਕਹਿੰਦੇ ਹਨ ਦੇ
ਫਿਰ ਸਾਧ ਸੰਗਤ ਤੋਂ ਬਖਸ਼ਿਸ਼ਾਂ ਨੂੰ ਸੰਭਾਲ ਕੇ ਫਿਰ ਕਮਾਈਆਂ ਕਰਦੇ ਹਨ। ਬੋਲੋ ਸਤਿਨਾਮ। ਆਓ ਜੇ ਬਖਸ਼ਿਸ਼ਾਂ ਗੁਰੂ ਨਾਨਕ ਨੇ ਦਿੱਤੀਆਂ ਹਨ, ਵੰਡੀਆਂ ਹਨ, ਸਾਧ ਸੰਗਤ ਇਹਨੂੰ ਸੰਭਾਲਦੇ ਹੋਏ ਇਹਨਾਂ ਸਾਧ ਸੰਗਤ ਬਾਪੂ ਦੀ ਇਸ ਸਿਫਤ ਨੂੰ, ਉਹਦੀ ਵਡਿਆਈ ਨੂੰ, ਉਹਦੀ ਮਹਿਮਾ ਨੂੰ ਸੰਸਾਰ ਦੇ ਵਿੱਚ ਇੰਨਾ ਵੰਡਦੇ ਹੋ। ਔਰ ਸਾਧ ਸੰਗਤ ਜਿਹੜਾ ਵੀ ਗੁਰੂ ਬਾਬਾ ਜੀਆਂ ਦੀ ਇਸ ਰਹਿਮਤ ਨੂੰ ਸੁਣੇ, ਬਖਸ਼ਿਸ਼ਾਂ ਨੂੰ ਸੁਣੇ, ਪੜ੍ਹੇ, ਗਾਵੇ, ਸਾਰੇ ਸੰਸਾਰ ਦੇ ਵਿੱਚ, ਸਭ ਬ੍ਰਹਿਮੰਡਾਂ ਦੇ ਵਿੱਚ ਸਾਧ ਸੰਗਤ ਬਸ ਨਾਨਕ ਨਾਨਕ ਨਾਨਕਮਈ ਹੋ ਜਾਏ। ਬੋਲੋ ਔਰ ਸਭ ਦੀ ਰਸਨਾ ਤੋਂ ਨਿਕਲਣਾ ਸ਼ੁਰੂ ਹੋ ਜਾਏ। ਕਿਰਪਾ ਕਰ ਦੇ, ਤੂੰ ਰਹਿਮਤ ਕਰ ਦੇ, ਤੂੰ ਸਾਡੀਆਂ ਭੁੱਲਾਂ ਨਹੀਂ ਚਿਤਾਰਦਾ। ਬੋਲੋ ਸੂਤੀ ਅਪਰਾਧ ਕਰਨ ਹੈ ਜਿੰਨੀ ਜੀਤ ਨਾਰਾਦਸ ਦੇਤੇ ਕੀਤੀਆਂ ਹਨ ਨਾ
ਤੇ ਆਤਮ ਦਾ ਦਿਨ ਹੈ, ਜੇ ਹਿਰਦੇ ਕਰਕੇ ਬੇਨਤੀਆਂ ਕਰ ਲੋਗੇ ਤਾਂ ਸਾਧ ਸੰਗਤ ਬਖਸ਼ਿੰਦ ਹੈ, ਸਭ ਮਾਫ ਕਰ ਦੇਗਾ। ਲੱਭ ਰਿਹਾ ਹਾਂ ਕਿ ਮੈਂ ਕਿੱਥੇ ਜਾ ਕੇ ਟਿਕਾਂ।
कहते तू साडा टिकाणा मिल गया है। जिन गुरु नानक टुट गए कहते लैने मनु भी टिकाणा तेरे हिरदे च मिल गया।
ਵੱਡੇ ਭਾਗਾਂ ਵਾਲੇ ਹੋ ਗਏ। ਹੁਣ ਕਮਾਈ ਕਰ ਲੋ, ਬੋਲ ਵਾਰੀ ਆਹ
Thank you.
ਪਾਲੂ ਪਾਲੂ ਪਿਤਾ